ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਕਾਕਾ। ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਹੈ, ਠੀਕ ਨਹੀਂ ਹੋ ਰਹੇ, ਦਵਾਈਆਂ ਖਾ ਕੇ ਅੱਖ ਥੱਕ ਚੁੱਕੇ ਹੈ, ਸਰੀਰ ਨੂੰ ਹੋਰ ਖਰਾਬ ਕਰ ਰਹੇ ਹੈ, ਠੀਕ ਨਹੀਂ ਹੋ ਰਿਹਾ ਸਰੀਰ, ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ। ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਹਾਂ। ਸੋ ਇਹ ਜਿਹੜਾ ਡਸਕਾ ਪਿੰਡ ਹੈ, ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਹੈ ਜਿਹੜੀ ਉਹ ਲਹਿਰਾ ਗਾਗਾ ਹੈ, ਨੇੜੇ ਸ਼ਹਿਰ ਬੁਢਲਾਡਾ ਵੀ ਹੈ, ਨੇੜੇ ਸ਼ਹਿਰ ਬਰੇਟਾ ਵੀ ਹੈ, ਨੇੜੇ ਸ਼ਹਿਰ ਲਹਿਰਾ ਗਾਗਾ ਵੀ ਹੈ, ਅਤੇ ਨੇੜੇ ਸ਼ਹਿਰ ਸੋਨਾਮ ਵੀ ਨੇੜੇ ਹੈ। ਇਹ ਸਾਰੇ ਸ਼ਹਿਰ ਨੇੜੇ ਨੇ। ਸਵੇਰੇ 7 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹਰ ਐਤਵਾਰ ਨੂੰ ਆਪਾਂ ਮਿਲਦੇ ਹਾਂ। ਮੈਨੂੰ ਮਿਲ ਕੇ ਆਪਣੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਰੀਰਕ ਰੋਗ ਹੈ, ਠੀਕ ਨਹੀਂ ਹੋ ਰਹੇ, ਦਵਾਈਆਂ ਖਾ ਕੇ ਅੱਕ ਚੁੱਕੇ ਹੋ, ਪਿੰਡ ਡਸਕੇ 'ਚ ਮੈਨੂੰ ਮਿਲ ਕੇ ਐਤਵਾਰ ਨੂੰ ਗਰੰਟੀ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਾਂ। ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਜੋੜਾਂ ਦਾ ਦਰਦ। ਜੂਰੀਆ, ਗਠੀਆ ਜਾਂ ਵਾਤ ਕਰਕੇ ਵਾਤ ਦੇ ਰੋਗ ਹੋ ਜਾਂਦੇ ਆ, ਜਿਹਨੂੰ ਅਸੀਂ ਜੋੜਾਂ ਦੇ ਦਰਦ ਕਹਿੰਦੇ ਹਾਂ। ਚਾਹੇ ਜੂਰੀ ਹੈ, ਚਾਹੇ ਗਠੀ ਹੈ, ਚਾਹੇ ਜੋੜਾਂ ਦਾ ਸਧਾਰਨ ਦਰਦ ਹੈ। 3 ਚੀਜ਼ਾਂ ਵਾਸਤੇ ਅੰਮ੍ਰਿਤ ਨੁਕਤਾ ਤੁਹਾਡੀ ਝੋਲੀ 'ਚ ਪਾਉਣ ਲੱਗਿਆ, ਨੋਟ ਕਰ ਲਓ। 50-50 ਗ੍ਰਾਮ ਚੀਜ਼ਾਂ ਸਾਰੀਆਂ ਲੈ ਲਓ, ਸਾਲਮ 50, ਸਾਲਮ ਮਿਸ਼ਰੀ, ਮਿੱਠਾ ਸੁਰੰਜਾਂ ਅਤੇ ਅਸ਼ਵਗੰਧਾ, ਸ਼ਤਾਵਰ, ਮੂਸਲੀ ਕਾਲੀ, ਜੁੰਦ, ਅਕਰਕਰਾ ਇਰਾਨੀ ਅਤੇ ਇਸੇ ਤਰ੍ਹਾਂ ਭੱਖੜਾ ਅਤੇ ਗਲੋਏ, ਸੁੰਡ, ਕਾਲੀ ਮਿਰਚ, ਮਗਾਂ ਅਤੇ ਹਲਦੀ, ਇਹ ਸਾਰੀਆਂ ਚੀਜ਼ਾਂ 50-50 ਗ੍ਰਾਮ ਲੈ ਕੇ ਇਹਦੇ 'ਚ 25 ਪੀਸ ਸੋਨੇ ਦੇ ਵਰਕ, 25 ਪੀਸ ਚਾਂਦੀ ਵਰਕ ਇਹ ਮਿਲਾ ਲੈਣੇ, ਇਹਨੂੰ ਚੰਗੀ ਤਰ੍ਹਾਂ ਬਰੀਕ ਪੀਸ ਲੈਣੇ। 1 ਚਮਚਾ ਦਵਾਈ ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਲੈਣੀ ਹੈ, 1 ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ, 2 ਟਾਈਮ ਦਵਾਈ 1-1 ਚਮਚਾ ਗਰਮ ਪਾਣੀ ਨਾਲ ਲੈਣੀ ਹੈ। ਮੈਂ ਸਟਾਮ ਪੇਪਰ 'ਤੇ ਗਰੰਟੀ ਲਿਖ ਕੇ ਦੇ ਦਿੰਦਾ ਤੁਹਾਨੂੰ, ਜਿੱਡਾ ਮਰਜ਼ੀ ਗਠੀਆ ਹੈ, ਜਿੱਡਾ ਮਰਜ਼ੀ ਜੋੜਾਂ ਦਾ ਦਰਦ ਹੈ, ਜਿੰਨਾ ਮਰਜ਼ੀ ਜੂਰੀ ਹੈ, 1 ਮਹੀਨੇ ਦੇ ਵਿੱਚ ਬਿਲਕੁਲ ਠੀਕ ਕਰ ਦਿੰਦਾ ਇਹ ਨੁਕਤਾ। 3 ਮਹੀਨੇ ਵਰਤ ਲਓ, ਜੜ 'ਚੋਂ ਇਹ ਰੋਗਾਂ ਨੂੰ ਖਤਮ ਕਰ ਦਿੰਦਾ ਵਾਤਦਿਆਂ ਨੂੰ। ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਜਿੱਡਾ ਮਰਜ਼ੀ ਪੁਰਾਣਾ ਗਠੀਏ ਦਾ ਰੋਗ ਹੈ, 3 ਮਹੀਨਿਆਂ ਦੇ ਵਿੱਚ ਆਪਾਂ ਠੀਕ ਕਰ ਦਿੰਦੇ, ਚਾਹੇ ਮਰੀਜ਼ ਮੰਜੀ 'ਤੇ ਜੁੜਿਆ ਹੋਵੇ, ਜਿੰਨਾ ਮਰਜ਼ੀ ਪੁਰਾਣਾ ਜੂਰੀ ਹੈ 1 ਮਹੀਨੇ 'ਚ ਠੀਕ ਕਰ ਦਿੰਦੇ। ਜੋੜਾਂ ਦੇ ਜਿੰਨੇ ਮਰਜ਼ੀ ਪੁਰਾਣੇ ਦਰਦ ਹੈ, ਗੈਬ ਆ ਗਿਆ ਹੈ, ਸੋਜ ਆਉਂਦੀ ਹੈ, 1 ਮਹੀਨੇ 'ਚ ਠੀਕ ਕਰ ਦਿੰਦੇ। ਕੋਈ ਗੋਡੇ ਬਦਲਾਉਣ ਦੀ ਲੋੜ ਨਹੀਂ, ਕੋਈ ਤੁਹਾਨੂੰ ਓਪਰੇਸ਼ਨ ਕਰਾਉਣ ਦੀ ਲੋੜ ਨਹੀਂ। ਜੋੜਾਂ ਦੇ ਦਰਦ, ਗਠੀਆ, ਜੂਰੀਆ, ਜੋੜਾਂ ਦਾ ਗੈਪ, ਤੁਸੀਂ ਗਰੰਟੀ ਦੇ ਨਾਲ ਇਹਨਾਂ ਰੋਗਾਂ ਦਾ ਇਲਾਜ ਪਿੰਡ ਡਸਕੇ ਜਾ ਕੇ ਹਰ ਐਤਵਾਰ ਨੂੰ ਸਾਡੇ ਤੋਂ ਕਰਾ ਸਕਦੇ ਹੋ। ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲ ਪਹਿਲ ਦੇ ਆਧਾਰ 'ਤੇ ਪਹੁੰਚ ਸਕੇ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।